ਬਾਹਰੀ ਸੀਟ ਦੇ ਉੱਤੇ ਪੈਸੇ ਪਏ ਕਾਲੇ ਰੰਗ ਵਾਪੇ 'ਚ, ਉਹਨੇ ਇੱਥੋਂ ਚੱਕ ਕੇ ਐਨ ਬਰਾਬਰ ਉਹਦੀ ਇੱਥੇ ਗੱਡੀ ਖੜੀ ਆ, ਬਸ ਇੱਥੋਂ ਗਏ ਕਰਕੇ ਇੱਧਰ ਆਇਆ, ਇੱਧਰੋਂ ਉਹਨੇ ਗੱਡੀ ਚੱਕੀ, ਇੱਥੋਂ ਪਹਾੜੀ ਗੱਡੀ ਆ। ਮੈਂ ਉੱਧਰੋਂ ਦੂਸਰਾ ਮੈਨੂੰ ਦੇਖਿਆ ਵੀ ਉਹ ਬੰਦਾ ਉਹ ਸ਼ਸ਼ੀ ਧਾਰੀ ਕਰੇ, ਉਹ ਡੰਡਾ ਕੱਢ ਰਿਹਾ। ਮੈਂ ਕਿਹਾ ਡੰਡਾ ਤਾਂ ਆਪਾਂ ਫੜ ਲਵਾਂਗੇ ਕੋਈ ਗੱਲ। ਮੈਂ ਜਦੋਂ ਇੱਧਰ ਆਇਆ ਉਹ ਕੋਰਨਰ 'ਤੇ ਪਹੁੰਚ ਗਿਆ ਸੀ ਬੰਦਾ, ਉਹਨੇ ਕੋਰਨਰ 'ਤੇ ਲਿਆ ਕੇ ਜਿਵੇਂ ਸੀ ਕੁਹਾੜੀ ਮੇਰੇ ਸਿਰ 'ਚ ਵੱਜਣ ਦੀ ਕੋਸ਼ਿਸ਼ ਕੀਤੀ। ਮੈਂ ਤੜਕਾ ਜਿਹਾ ਪਿੱਛੇ ਹੋਇਆ, ਜੇ ਪਿੱਛੇ ਨਾ ਹੁੰਦਾ ਕੁਹਾੜੀ ਮੇਰੇ ਸਿਰ 'ਚ ਵੱਜਣੀ ਸੀ। ਅਰਟਿਗਾ ਗੱਡੀ ਹੈ, ਮੈਂ ਇੱਥੋਂ ਗੱਡੀ ਠੱਲੀ ਹੈ, ਇਹ ਪਰਚੂਨ ਦਾ ਸਮਾਨ ਲੈਣਾ ਸੀ ਅੰਕਲ ਕੋਲੋਂ। ਬੰਦਾ ਆਇਆ, ਉਹਨੇ ਗੱਡੀ ਲਿਆ ਕੇ ਫੁੱਲ ਸਪੀਡ ਨਾਲ ਮੇਰੇ ਅੰਦਰ ਮਾਰਨ ਦੀ ਕੋਸ਼ਿਸ਼ ਕੀਤੀ, ਮੈਂ ਇੱਕਦਮ ਅੱਗੇ ਹੋ ਗਿਆ। ਮੈਂ ਉਹਨੂੰ ਬੋਲਿਆ ਵੀ ਤੂੰ ਦੇਖਦਾ ਲੈ, ਉਹ ਬੰਦਾ ਬਾਹਰ ਆ ਗਿਆ। ਬਾਹਰ ਆ ਕੇ ਕਹਿੰਦਾ ਮੈਂ ਕਿਹਾ ਤੁਹਾਨੂੰ ਕੁਚਲ ਦੇਣਾ ਸੀ, ਕਹਿੰਦਾ ਬੰਦੇ ਤਾਂ ਐਂ ਕੁਚਲੇ ਜਾਂਦੇ ਆ। ਫਿਰ ਉਹ ਇੱਥੇ ਬਹਿਸ ਕਰਨ ਲੱਗਿਆ ਮੇਰੇ ਨਾਲ, ਮੈਂ ਉਹ ਰੱਜਿਆ ਸੀ। ਮੈਂ ਕਿਹਾ ਤੇਰੇ ਡੱਕੇ ਨਾਲ ਮੈਂ ਕੀ ਗੱਲ ਕਰਾਂ, ਵੀ ਮੈਨੂੰ ਲੱਗਦਾ ਤੂੰ ਦੱਸੇ ਜੇਗਾ। ਕਹਿੰਦਾ ਤੂੰ ਮੈਨੂੰ ਐਂ ਕਿਵੇਂ ਕਹਿੰਦਾ ਦੱਸੇ ਜੇਗਾ। ਮੈਂ ਕਿਹਾ ਕੋਈ ਨਹੀਂ ਅੰਕਲ, ਕਹਿੰਦਾ ਤੂੰ ਬਹਿਸ ਨਾ ਕਰ ਪੁੱਤ, ਤੂੰ ਜਾ। ਮੈਂ ਅੰਕਲ ਕੋਲ ਲਿਫਾਫਾ ਲੈ ਕੇ ਗੱਡੀ ਜਾ ਕੇ ਬੈਠਾ, ਉਹ ਪਿੱਛੇ ਆ ਗਿਆ, ਇੱਧਰ ਬਾਰੀ ਖੋਲ੍ਹੀ ਉਹਨੇ ਮੇਰੀ, ਬਾਹਰੀ ਸੀਟ ਦੇ ਉੱਤੇ ਪੈਸੇ ਪਏ ਕਾਲੇ ਰੰਗ ਲਿਫਾਫੇ 'ਚ, ਉਹਨੇ ਇੱਥੋਂ ਚੱਕ ਕੇ ਐਨ ਬਰਾਬਰ ਉਹਦੀ ਇੱਥੇ ਗੱਡੀ ਖੜੀ ਆ, ਬਸ ਇੱਥੋਂ ਗਏ ਕਰਕੇ ਇੱਧਰ ਆਇਆ, ਇੱਧਰੋਂ ਉਹਨੇ ਗੱਡੀ ਚੜਕੇ, ਇੱਥੋਂ ਪਹਾੜੀ ਗੱਡੀ ਆ। ਮੈਂ ਉੱਧਰੋਂ ਦੂਸਰਾ ਮੈਨੂੰ ਦੇਖਿਆ ਵੀ ਉਹ ਬੰਦਾ ਸ਼ਸ਼ੀ ਧਾਰੀ ਕਰੇ, ਉਹ ਡੰਡਾ ਕੱਢ ਰਿਹਾ। ਮੈਂ ਕਿਹਾ ਡੰਡਾ ਤਾਂ ਆਪਾਂ ਫੜ ਲਵਾਂਗੇ ਕੋਈ ਗੱਲ। ਮੈਂ ਜਦੋਂ ਇੱਧਰ ਆਇਆ ਉਹ ਕੋਰਨਰ 'ਤੇ ਪਹੁੰਚ ਗਿਆ ਸੀ ਬੰਦਾ, ਉਹਨੇ ਕੋਰਨਰ 'ਤੇ ਲਿਆ ਕੇ ਜਿਵੇਂ ਸੀ ਕੁਹਾੜੀ ਮੇਰੇ ਸਿਰ 'ਚ ਵੱਜਣ ਦੀ ਕੋਸ਼ਿਸ਼ ਕੀਤੀ। ਮੈਂ ਤੜਕਾ ਜਿਹਾ ਪਿੱਛੇ ਹੋਇਆ, ਜੇ ਪਿੱਛੇ ਨਾ ਹੁੰਦਾ ਕੁਹਾੜੀ ਮੇਰੇ ਸਿਰ 'ਚ ਵੱਜਣੀ ਸੀ। ਮੈਂ ਇੱਕਦਮ ਹੱਥ ਐਂ ਕੀਤਾ, ਇੱਥੇ ਵੱਜੀ ਹੋਇਆ ਹੱਥ ਦੇ ਮੇਰੇ ਟਾਂਕੇ ਆਏ, ਇੱਥੇ ਤਿੰਨ ਤਿੰਨ ਛੇ ਟਾਂਕੇ ਆਏ। ਫਿਰ ਟਾਂਕੇ ਲਾਉਣ ਦੇ ਨਾਲ ਮੈਂ ਨਾਲ ਦੀ ਨਾਲ ਕਿਹਾ, ਮੈਂ ਕਿਹਾ ਇਹਨੂੰ ਰੋਕੋ, ਮੈਂ ਕਹਿੰਦਾ ਗੱਡੀ ਦਾ ਨੰਬਰ ਲਓ, ਮੈਂ ਕਿਹਾ ਗੱਡੀ ਰੋਕੋ ਗੱਡੀ ਰੋਕੋ। ਮੈਂ ਮੋਬਾਈਲ ਕੱਢਿਆ, ਮੇਰੀ ਫੋਟੋ ਨਹੀਂ ਖਿੱਚੀ, ਮੈਂ ਨੰਬਰ ਉਵੇਂ ਯਾਦ ਕੀਤਾ। ਯਾਦ ਕਰਕੇ ਯਾਰ ਦੋਸਤ ਨੂੰ ਕੋਲ ਕੀਤੀ ਹੈ, ਉਹਦੇ ਨੰਬਰ ਹੀ ਹੋਲਡਿੰਗ ਹੋ ਗਿਆ ਮੇਰਾ। ਮੈਂ ਕਿਹਾ ਨੰਬਰ ਯਾਦ ਰਹੇ ਜੇ ਨਾ, ਉੱਥੇ ਜਿੱਥੇ ਬੈਠਾ ਆਲਟੋ ਇਕੱਲਾ ਬੰਦਾ ਸੀ, ਆਲਟੋ ਗੱਡੀ ਆ, ਵਾਈਟ ਰੰਗ ਦੀ ਗੱਡੀ ਹੈਗੀ ਹੈ, ਪਛਾਣ ਲਵਾਂਗਾ। ਮੈਂ ਪਹਿਲੀ ਵਾਰੀ ਦੇਖਿਆ ਉਹ ਬੰਦੇ ਨੂੰ। ਮੈਂ ਬਿਲਕੁਲ ਸੱਚਾਈ ਹੈ ਜੀ, ਭਾਈ ਸਾਹਿਬ ਤੁਸੀਂ ਇਨਕੁਆਇਰੀ ਕਰੋ ਮੇਰੀ ਵੀ ਪੈਸਾ ਕਿੱਥੇ ਦੇਣਾ, ਕਿੱਥੇ ਲਿਆ, ਸਾਰਾ ਪ੍ਰੂਫ ਦਿਓ। ਪੈਸੇ ਬ੍ਰਦਰ ਦੇ ਕੇ ਗਿਆ ਸੀ, ਮੇਰਾ ਏ ਵਨ ਹੋਟਲ ਹੈਗਾ, ਹੋਟਲ ਮੈਂ ਲੀਜ਼ 'ਤੇ ਲਿਆ ਹੋਇਆ, ਉਹਨਾਂ ਮੇਰਾ ਰੈਂਟ ਹੈਗਾ 1,40,000 ਰੁਪਏ, ਬਿਜਲੀ ਦਾ ਬਿੱਲ ਆਉਂਦਾ 30,000-40,000 ਰੁਪਏ। ਅਸੀਂ ਜਿਹੜੀ ਡੇਲੀ ਦੀ ਸ਼ੈਲ ਹੈਗੀ ਹੈ ਉਹਨੂੰ ਕਾਊਂਟ ਕਰਕੇ ਇਕੱਠੇ ਕਰਦੇ ਹਾਂ ਪੈਸੇ, ਉਹ ਜਿਹੜਾ ਹੈਗਾ ਮਹੀਨੇ ਬਾਅਦ ਉਹਨਾਂ ਨੂੰ ਦੇਣੇ ਹੁੰਦੇ। ਅੱਜ 15 ਤਰੀਕ ਸੀ, ਮੇਰਾ ਕਰਾਰ ਸੀ 15-20 ਦਿਨ ਸਕਾਰ ਜਿਹੜੀ ਪੇਮੈਂਟ ਦੇਣੀ ਸੀ। ਅੰਕਲ ਕਹਿੰਦੇ 1.5 ਲੱਖ ਮੈਨੂੰ ਦੇ ਦਿਆ ਜੇ, 1 ਲੱਖ ਉਹਨਾਂ ਦਾ ਪੈਂਡਿੰਗ ਹੋਇਆ ਸੀ, ਉਹ 25 ਤਰੀਕ ਨੂੰ ਦੇਣਾ, ਉਹ ਪੈਸੇ ਲੈਣੇ ਸੀ, ਉਹ ਪੈਸੇ ਗੱਡੀ 'ਚ ਰੱਖੇ ਆ ਅਤੇ ਉਹ ਹੋ ਗਏ ਨੇ। ਠੀਕ ਹੈ, ਪੁਲਿਸ ਕਹਿੰਦੀ ਤੁਸੀਂ ਸੋਚ ਲਓ, ਵਿਚਾਰ ਲਓ ਵੀ ਵਾਕਿਆ ਹੀ ਤੁਹਾਡੀ ਚੋਰੀ ਹੋਈ ਹੈ। ਮੈਂ ਕਿਹਾ ਭਾਈ ਸਾਹਿਬ ਚੋਰੀ ਹੋਈ ਹੈ ਤਾਂ ਹੀ ਤਾਂ ਮੈਂ ਹੈਗਾ, ਜੇ ਇੱਥੇ CCTV ਲੱਗਿਆ CCTV ਦੇਖ ਲਓ, ਭਾਵੇਂ ਜੋ ਕੈਮਰਾ ਹੈਗਾ ਕੈਮਰੇ 'ਚ ਦੇਖ ਲਓ, ਭਾਵੇਂ ਜਿਹੜੇ ਪੈਸੇ ਕੱਢੇ ਗਏ। ਕਹਿੰਦਾ ਪ੍ਰੂਫ, ਮੈਂ ਪੈਸੇ ਨੂੰ ਮੈਂ ਪ੍ਰੂਫ ਦੇ ਸਕਦਾ, ਕਹਿੰਦਾ ਇੱਕ ਪਲ ਤੋਂ ਛੋਟੀ ਛੋਟੀ ਜਾਂਚ ਹੋ ਗਈ। ਮੈਂ ਹਰ ਜਾਂਚ 'ਚ ਮੈਂ ਸੰਜੇ ਕੁਮਾਰ ਨਾਮ ਦਾ ਮੁੰਡਾ ਨਿਹਾਲ ਖੇੜੇ ਦਾ ਪਿਆ ਸੀ ਦੁਕਾਨ 'ਤੇ, ਟੋਫੀ ਟੁਫੀਆਂ ਲੈ ਰਿਹਾ ਸੀ। ਇਹਦੀ ਕਾਰ ਦੇ ਵਿੱਚ ਕਹਿੰਦਾ ਮੇਰੇ ਕੈਸ਼ ਸੀਗਾ 1,70,000 ਰੁਪਏ ਦੱਸਦਾ। ਹਾਂਜੀ, ਉਹ ਮੁੰਡੇ ਨਾਲ ਇਹਦੀ ਕਾਰ ਦੇ ਵੱਜਣ ਵੁਜਣ ਕਰਕੇ ਬਹਿਸ ਹੋਈ ਹੈ, ਹੁਣ ਇਹਦੇ ਸੱਟ ਮਾਰਤੀ ਹੈ। ਬਾਕੀ ਜਿਹੜੀ ਕੈਸ਼ ਦਾ ਕਹਿ ਰਹੇ ਆ ਉਹ ਅਜੇ ਵੈਰੀਫਾਈ ਕਰਾਂਗੇ ਵੀ ਹੋਈ ਵੀ ਹੈ ਕਿ ਨਹੀਂ। ਹਾਂਜੀ, ਇੱਕ ਪੇਸ਼ੈਂਟ ਆਇਆ ਸਾਡੇ ਕੋਲ ਸੰਜੇ ਨਾਮ ਦਾ, ਫਾਈਵਾ ਚੁੰਝੀ ਦੇ ਕੋਈ ਕਹਿੰਦੇ ਲੁੱਟ ਹੋ ਰਹੀ ਹੈ, ਇਹ ਕਨਫਰਮ ਨਹੀਂ ਲੁੱਟ ਹੋ ਰਿਹਾ ਕਿ ਨਹੀਂ। ਸਾਡੇ ਕੋਲ ਤਾਂ ਪੇਸ਼ੈਂਟ ਆਇਆ, ਉਹਨੂੰ ਸੱਟ ਲੱਗੀ ਸਰ 'ਤੇ, ਉਹ ਸਟਿਚਿੰਗ ਵਗੈਰਾ ਕਰਕੇ ਅਸੀਂ ਰੈਫਰ ਕਰਤਾ ਅਤੇ ਪੁਲਿਸ ਨੇ ਇਨਫੋਰਮੇਸ਼ਨ ਭੇਜੀ ਹੈ।